Hello friends, welcome to the official channel of Gaurav Anmol Music. हारमोनियम के सभी प्रकार के ट्यूटोरियल, प्रत्येक गाने के ट्यूटोरियल आप इस चैनल से प्राप्त कर सकते हैं. चैनल को अभी सब्सक्राइब करें, सब्सक्राइब बटन दबाकर, और बेल आइकन को प्रेस करना ना भूलें ताकि जो नोटिफिकेशन है आपके पास सबसे पहले पहुंच जाएं. नोटिफिकेशन के लिए आप बेल आइकन को प्रेस कर दें. थैंक यू सो मच. सो जी, सारे सबसक्राइबर्स नूं गौरव अनमोल वालों प्यार भरी सत श्रीकाल है जी. सो अज असीं जो ट्यूटोरियल पा रहे हैं वह है जी माशा अली जी का बहुत ही प्यारा सॉन्ग. अज तो 6-7 साल पहला आया सी टुट गई हाँ. सो वह ट्यूटोरियल पा रहे हैं. सो जिहड़े भी व्यूअर्स देख रहे इस टाइम वीडियो में, जिन्होंने चैनल में सबसक्राइब नहीं किया है जी, सब तो पहला जी चैनल में सबसक्राइब कर लो. उस बैल आइकन प्रेस करना ना भूलो नोटिफिकेशन लिए, ताकि साडे अपडेट्स तुहानू नाल दे नाल मिलदे रहन. उहदे लई तुसीं बैल आइकन जरूर प्रेस कर देना सबसक्राइब करन तों बाद. और अगर तुहानू वीडियो तों कुछ अच्छा सीखन नूं मिलदा है, वीडियो नूं लाइक जरूर करना है, कमेंट बॉक्स च सानूं कमेंट करके अपने फीडबैक जरूर देने और अपने फ्रेंड्स नाल जरूर शेयर करना है जी, ताकि नाल ओह वी प्ले करके गा सकन, उहनां नूं वी हैल्प मिले. सो अज दा साडा ट्यूटोरियल है जी माशा अली जी दा गाया होया सैड सॉन्ग है टुट गई हां. सो स्टार्ट करते हैं जी. आप सब तो पहले मैं दस दाँ जी राग किहड़ा है, उस तो बाद स्केल दस दाँ. राग है जी इहदा दरबारी है, और स्केल है जी इहदा पहला काला सी शार्प, जिहनूं कहिंदे सी शार्प माइनर कोड है इहदा. आ सुर लग रहे थे. स्टार्ट करते हैं जी. सब तो पहले इहदा स्थाई है, फिर उस तो बाद अंतरा है. सो करते हैं जी स्टार्ट. आप सब तो पहला ਪੜ ਲੈ ਤੂੰ. ਨੈਕਸਟ ਲਾਈਨ. ਪੜ ਲਾਉਂਦੇ ਨੇ ਖਾਂਗੇ
वन फिंगर नाल जेड़े साड़ी हाथे तू चुने लेनी तेरे नाल निभोंदे बेखागे जेड़े साड़ी हाथे तू चुने लेनी तेरे नाल निभोंदे बेखागे। नेक्स्ट लाइन तेरे नाल निभोंदे बेखागे ਇਹਦੇ ਨਾਲ ਹੀ ਹੈ ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ। ਵਨ ਫਿੰਗਰ ਨਾਲ ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ ਨੀ ਤੇਰੇ ਨਾਲ ਨਿਭਾਉਂਦੇ ਵੇਖਾਂਗੇ। ਨੈਕਸਟ ਲਾਈਨ ਕੰਪੋਜੀਸ਼ਨ ਜਿਹੜੀ ਬਿਲਕੁਲ ਸੇਮ ਹੈ। ਸੋ ਮੈਂ ਫਸਟ ਅੰਤਰਾ ਬੇਸ ਅੰਤਰਾ ਤੁਹਾਨੂੰ ਦੱਸਾਂਗਾ ਕਿੱਦਾਂ ਪਲੇ ਹੋਣਾ। ਸੋ ਉਹਦੇ ਬੇਸ 'ਤੇ ਨੈਕਸਟ ਅੰਤਰਾ ਪਲੇ ਹੋਏਗਾ। ਸੋ ਉਹਦੀ ਅੱਛੀ ਤਰ੍ਹਾਂ ਪ੍ਰੈਕਟਿਸ ਕਰਨੀ, ਉਹਨੂੰ ਦੇਖਣਾ ਤੁਸੀਂ ਕਿੱਦਾਂ ਪਲੇ ਹੋਇਆ। ਸੋ ਉਸ ਤੋਂ ਪਹਿਲਾਂ ਜੀ ਮੈਂ ਰਿਕੁਐਸਟ ਕਰਨਾ ਚਾਹੁੰਦਾ ਜੀ ਵਿਊਅਰਸ ਜਿਹੜੇ ਦੇਖ ਰਹੇ ਚੈਨਲ, ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ, ਚੈਨਲ ਨੂੰ ਸਬਸਕ੍ਰਾਈਬ ਹੁਣੇ ਕਰ ਲਓ ਅਤੇ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਜੀ ਨੋਟੀਫਿਕੇਸ਼ਨਸ ਲਈ, ਤਾਂ ਕਿ ਨਾਲ ਦੇ ਨਾਲ ਤੁਹਾਨੂੰ ਅਪਡੇਟਸ ਜਿਹੜੇ ਮਿਲਦੇ ਰਹਿਣ। ਉਹਦੇ ਲਈ ਤੁਸੀਂ ਬੈੱਲ ਆਈਕਨ ਨੂੰ ਪ੍ਰੈਸ ਕਰਨਾ ਸਬਸਕ੍ਰਾਈਬ ਕਰਨ ਤੋਂ ਬਾਅਦ। ਔਰ ਅਗਰ ਤੁਹਾਨੂੰ ਵੀਡੀਓ ਤੋਂ ਕੁਛ ਅੱਛਾ ਸਿੱਖਣ ਨੂੰ ਮਿਲ ਰਿਹਾ ਹੈ, ਵੀਡੀਓ ਨੂੰ ਲਾਈਕ ਜ਼ਰੂਰ ਕਰਨਾ ਔਰ ਕਮੈਂਟ ਬਾਕਸ 'ਚ ਆਪਣੀ ਫੀਡਬੈਕ ਜ਼ਰੂਰ ਦੇਣੀ ਕਮੈਂਟ ਕਰਕੇ, ਔਰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਕਿ ਨਾਲ ਉਹ ਵੀ ਪਲੇ ਕਰਕੇ ਗਾ ਸਕਣ। ਸੋ ਆਪਾਂ ਆਉਂਦੇ ਹਾਂ ਜੀ ਇਹਦੇ ਅੰਤਰੇ ਦੇ ਫਸਟ ਅੰਤਰਾ ਬੇਸ ਅੰਤਰਾ। ਸੋ ਦੇਖੋ ਜੀ ਕਿੱਦਾਂ ਪਲੇ ਹੋਣਾ। ਤੋ ਆਸਾਂ ਰੱਖਦੀਏ ਜਿਹੜੇ ਤਨ ਦੇ ਗਾਹਕ ਪੁਰਾਣੇ।
ਸਾਰਾ ਯਾਨੂੰ ਜ਼ਿੰਦਗੀ ਸਮਝੇ ਬੈਠੀਏ, ਯਾਨੂੰ ਜ਼ਿੰਦਗੀ ਸਮਝੇ ਬੈਠੀਏ, ਪੰਚਿੰਗ ਨਾਲ ਯਾਨੂੰ ਜ਼ਿੰਦਗੀ ਸਮਝੇ ਬੈਠੀਏ, ਯਾਨੂੰ ਜ਼ਿੰਦਗੀ ਸਮਝੇ ਬੈਠੀਏ। ਨੈਕਸਟ ਲਾਈਨ ਬੈੱਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ, ਤਾਂ ਕਿ ਜਿਹੜੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੇ ਨਾਲ ਮਿਲਦੇ ਰਹਿਣ ਯੂਟਿਊਬ ਐਪਲੀਕੇਸ਼ਨ ਥਰੂ ਜਾਂ ਈਮੇਲ ਥਰੂ, ਉਹਦੇ ਲਈ ਤੁਸੀਂ ਸਬਸਕ੍ਰਾਈਬ ਕਰਨ ਤੋਂ ਬਾਅਦ ਬੈੱਲ ਆਈਕਨ ਪ੍ਰੈਸ ਕਰਨਾ ਹੈ। ਔਰ ਅਗਰ ਤੁਹਾਨੂੰ ਵੀਡੀਓ ਤੋਂ ਕੁਛ ਅੱਛਾ ਸਿੱਖਣ ਨੂੰ ਮਿਲਿਆ ਹੈ, ਵੀਡੀਓ ਨੂੰ ਲਾਈਕ ਜ਼ਰੂਰ ਕਰਨਾ, ਕਮੈਂਟ ਬੋਕਸ 'ਚ ਸਾਨੂੰ ਕਮੈਂਟ ਕਰਕੇ ਆਪਣੇ ਜ਼ਰੂਰ ਦੱਸਣੇ ਹੈ, ਆਪਣੀ ਫੀਡਬੈਕ ਜ਼ਰੂਰ ਦੇਣੇ, ਔਰ ਆਪਣੇ ਫਰੈਂਡਸ ਨਾਲ ਜ਼ਰੂਰ ਸ਼ੇਅਰ ਕਰਿਆ ਕਰੋ ਇਸ ਵੀਡੀਓਜ਼ ਨੂੰ, ਤਾਂ ਕਿ ਨਾਲ ਉਹ ਵੀ ਪੇ ਕਰਕੇ ਗਾ ਸਕਣ, ਉਹਨਾਂ ਨੂੰ ਵੀ ਹੈਲਪ ਮਿਲੇ। ਸੋ ਜੀ, ਨੈਕਸਟ ਟਿਊਟੋਰੀਅਲ ਲੈ ਕੇ ਬਹੁਤ ਜਲਦ ਹਾਜ਼ਰ ਆਵਾਂਗੇ। ਸੋ ਥੈਂਕ ਯੂ ਸੋ ਮਚ ਜੀ।